ਪਠਾਨਕੋਟ ਲਗਾਤਾਰ ਹਾਈ ਅਲਰਟ 'ਤੇ ਚੱਲ ਰਿਹਾ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਖ ਵੱਖ ਥਾਵਾਂ 'ਤੇ ਸਰਚ ਅਭਿਆਨ ਚਲਾਏ ਜਾ ਰਹੇ ਨੇ। ਚੌਕਸੀ ਵਰਤਦੇ ਹੋਏ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਢਿੱਲ ਜਿਹੜੀ ਹੈ ਉਹ ਨਹੀਂ ਵਰਤੀ ਜਾ ਰਹੀ। ਅਤੇ ਅੱਜ ਦੇਰ ਰਾਤ ਨੂੰ ਪਠਾਨਕੋਟ ਦੀ ਜੇਕਰ ਅਸੀਂ ਗੱਲ ਕਰੀਏ, ਇਸ ਸਮੇਂ ਦੀ ਬਿਗ ਬ੍ਰੇਕਿੰਗ ਲੈ ਕੇ ਹਾਜ਼ਰ ਹੋ ਗਏ ਹਾਂ ਅਸੀਂ। ਪਠਾਨਕੋਟ ਦੇ ਸਿੰਬਲ ਚੌਂਕ ਆਰਮੀ ਗੇਟ ਦੇ ਮੂਹਰੇ ਜਿਹੜਾ ਹੈ ਇੱਕ ਸੰਦਿਗਧ ਬੈਗ ਦੇਖਣ ਨੂੰ ਮਿਲਿਆ ਅਤੇ ਲੋਕਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਮੌਕੇ 'ਤੇ ਹੀ ਜਿਹੜਾ ਹੈ ਸੂਚਿਤ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਔਨ ਦ ਸਪੋਟ ਪਹੁੰਚ ਕੇ ਇਹ ਬੈਗ ਜਿਹੜਾ ਹੈ ਉਹ ਖੰਗਾਲਿਆ ਜਾ ਰਿਹਾ। ਇਸ ਦੇ ਨਾਲ ਹੀ ਦੱਸ ਦਈਏ ਕਿ ਪੁਲਿਸ ਵੱਲੋਂ ਇਹ ਚੌਂਕ ਜਿਹੜਾ ਹੈ ਸਿੰਬਲ ਚੌਂਕ ਪੂਰੀ ਤਰ੍ਹਾਂ ਦੇ ਨਾਲ ਖਾਲੀ ਕਰਵਾਇਆ ਗਿਆ ਤਾਂ ਕਿ ਇਸ ਬੈਗ ਦੀ ਤਲਾਸ਼ੀ ਲਈ ਜਾ ਸਕੇ। ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਕਰਮਚਾਰੀਆਂ ਦੇ ਵੱਲੋਂ ਇਹ ਬੈਗ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਬੈਗ ਕਿਸ ਤਰ੍ਹਾਂ ਦੇ ਨਾਲ ਖੰਗਾਲਿਆ ਜਾ ਰਿਹਾ ਹੈ। ਫਿਲਹਾਲ ਬੈਗ ਦੇ ਵਿੱਚੋਂ ਜਿਹੜਾ ਹੈ ਕੁਝ ਖਾਣ ਪੀਣ ਦਾ ਸਮਾਨ ਅਤੇ ਕੱਪੜੇ ਜਿਹੜੇ ਨੇ ਉਹ ਬਰਾਮਦ ਹੋਏ ਨੇ। ਅਤੇ ਪੁਲਿਸ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਅਜਿਹੀਆਂ ਅਫਵਾਹਾਂ 'ਤੇ ਕੋਈ ਵੀ ਗੌਰ ਜਿਹੜੀ ਆ ਉਹ ਨਹੀਂ ਕੀਤੀ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਚੌਕਸੀ ਵਰਤਣ ਨੂੰ ਕਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਪੁਲਿਸ ਦਾ ਜਿਹੜਾ ਹੈ ਸਹਿਯੋਗ ਦਿੱਤਾ ਜਾਵੇ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੁਪਹਿਰ ਦੇ ਸਮੇਂ ਇੱਕ ਸਕੈਚ ਵੀ ਜਿਹੜਾ ਹੈ ਉਹ ਜਾਰੀ ਕੀਤਾ ਗਿਆ, ਜਿਵੇਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਜਾਣਕਾਰੀ ਦੇ ਚੁੱਕੇ ਹਾਂ ਕਿ ਸਕੈਚ ਨੂੰ ਜਿਹੜਾ ਹੈ ਵੱਧ ਤੋਂ ਵੱਧ ਸ਼ੇਅਰ ਕਰਨ ਦੇ ਲਈ ਵੀ ਪੁਲਿਸ ਨੇ ਅਪੀਲ ਕੀਤੀ ਹੈ ਤਾਂ ਜੋ ਇਹਨਾਂ ਸ਼ੱਕੀ ਵਿਅਕਤੀਆਂ ਨੂੰ ਜਿਹੜਾ ਹੈ ਸੰਦਿਗਧ ਵਿਅਕਤੀ ਨੇ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ ਅਤੇ ਰੰਗੇ ਹੱਥੀਂ ਫੜਿਆ ਜਾ ਸਕੇ। ਅਤੇ ਹੁਣ ਦੇਖ ਲੈਂਦੇ ਹਾਂ ਤਸਵੀਰਾਂ ਅਤੇ ਪੁਲਿਸ ਮੁਲਾਜ਼ਮ ਦੇ ਨਾਲ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਕੀ ਕੁਝ ਇਸ ਬੈਗ 'ਚੋਂ ਬਰਾਮਦ ਹੋਇਆ, ਆਓ ਦੇਖਦੇ ਹਾਂ ਇਹ ਖਬਰ। ਨਹੀਂ, ਸੂਚਨਾ ਮਿਲੀ ਕਿਤੋਂ ਮਿਲੀ ਤੁਹਾਨੂੰ ਬਾਈ? ਉਹ ਯਾਰ ਇਹਨਾਂ ਨੇ ਸਾਨੂੰ ਫੋਨ ਕੀਤਾ, ਠੇਕੇ ਵਾਲਿਆਂ ਨੂੰ, ਠੇਕੇ ਵਾਲਿਆਂ ਨੂੰ ਫੋਨ ਕੀਤਾ, ਮੁੜੇ ਥਾਣੇ ਆਇਆ ਵੀ ਬੈਗ ਪਿਆ ਦਾ। ਅਸੀਂ ਆ ਕੇ ਬੈਗ ਚੱਕਿਆ, ਫੌਜੀ ਕਹਿੰਦੇ ਵੀ ਲਾਗੇ ਨਾ ਜਾਵੇ, ਮੈਂ ਵੇਖ ਲੈਂਦੇ ਲਾਗੇ ਜਾ ਕੇ ਕੀ ਹੁੰਦਾ। ਲਾਗੇ ਜਾ ਕੇ ਅਸੀਂ ਵੇਖਿਆ ਤਿਆਰ ਨਿਕਲੇ ਫੁੱਲੀਆਂ ਅਤੇ ਅਗੀ ਨਾ ਪਾਪੜ ਖਾਣ ਪੀਣ ਦਾ ਸਮਾਨ ਨਿਕਲਿਆ। ਬਸ ਰੌਲਾ ਜਿਹੜਾ ਲੋਕਾਂ ਨੇ ਪਾਤਾ ਜੀ, ਉਹ ਰੌਲਾ ਪਾਤਾ ਜੀ ਬੈਗ 'ਚ, ਪਤਾ ਨਹੀਂ ਕੀ ਆ, ਲਾਗੇ ਨਾ ਜਾਏ ਉਹ ਹੋਇਆ ਤਾਂ ਕੋਈ ਗੱਲ ਨਹੀਂ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕ ਅਫਵਾਹ ਫੈਲਾਉਂਦੇ? ਵੀ ਕੋਈ ਗੱਲ ਨਹੀਂ, ਅਖਵਾਹਾਂ ਜ਼ਿਆਦਾ ਫੈਲਦੇ ਨੇ, ਬਾਕੀ ਕੋਈ ਐਡੀ ਵੱਡੀ ਗੱਲ ਨਹੀਂ ਕਿ ਸਵਾਰੀ ਸੂਰੀ ਦਾ ਬੈਗ ਰਹਿ ਗਿਆ, ਫੁੱਲੀਆਂ ਫੁੱਲੀਆਂ ਪਈਆਂ, ਬਸ ਹੋਰ ਕੁਛ। ਇਤਲਾਹ ਉੱਤੇ ਡਿਪਾਰਟਮੈਂਟ ਨੂੰ ਦਿੱਤੀ ਹੈ ਜੀ? ਹਾਂਜੀ ਹਾਂਜੀ, ਥਾਣੇ ਫੋਨ ਆਇਆ ਸਾਨੂੰ। ਜੋ ਅੱਜ ਦੀ ਸਥਿਤੀ ਚੱਲਦੀ ਹੈ, ਤੁਹਾਨੂੰ ਜਗ੍ਹਾ 7 ਬੰਦੇ ਲੱਭ ਗਏ, 8 ਬੰਦੇ ਲੱਭ ਗਏ, ਉਹਦੇ ਬਾਅਦ ਉਸ ਤਰ੍ਹਾਂ ਮਤਲਬ ਦਹਿਸ਼ਤ ਦਾ ਮਾਹੌਲ ਹੀ, ਦਹਿਸ਼ਤ ਦਾ ਮਾਹੌਲ ਕਰਕੇ ਨਾ ਡਰੇ ਲੋਕ ਇਸ ਕਰਕੇ ਤਾਂ, ਨਹੀਂ ਤਾਂ ਬਾਕੀ ਕੋਈ ਗੱਲ ਨਹੀਂ, ਬਾਕੀ ਠੀਕ ਆ। ਦੇਖ ਸਾਹਮਣੇ ਲੱਭ ਗਏ, ਕਿਸੇ ਨੇ ਸ਼ਰਾਰਤ ਕੀਤੀ? ਸ਼ਰਾਰਤ ਨਹੀਂ ਕਿਸੇ ਨੇ ਕੀਤੀ, ਤੂੰ ਥਾਣੇ ਇਹਨਾਂ ਨੇ ਫੋਨ ਕੀਤਾ ਨਾ ਵੀ ਬੈਗ ਪਿਆ ਛੜ ਕੇ ਤੇ ਵੇਖੋ ਆ ਗਏ, ਜਿਸ ਤਰ੍ਹਾਂ ਸਾਨੂੰ ਥਾਣੇ ਫੋਨ ਆਇਆ ਨਾਲ ਹੀ ਆ ਗਏ, ਆ ਕੇ ਬੈਗ ਚੈੱਕ ਕੀਤਾ, ਫੌਜੀਆਂ ਨੇ ਸਾਨੂੰ ਕਿਹਾ ਵੀ ਇਹਦੇ ਵਿੱਚ ਲਾਗੇ ਨਾ ਜਾਇਓ। ਬੈਗ ਚੈੱਕ ਕਰ ਲਿਆ, ਕੋਈ ਬੰਬ ਸਕੁਆਡ ਜੇ ਉਹ ਜੇ ਕੁਛ ਹੁੰਦਾ ਤੇ ਫਿਰ ਉਹ ਨਹੀਂ ਹੁੰਦਾ, ਕੋਈ ਗੱਲ ਨਹੀਂ, ਫਿਰ ਕੀ ਗੱਲ ਨਹੀਂ ਨਹੀਂ ਬੈਗ ਰਹਿ ਗਿਆ ਕਿਸੇ ਦਾ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸਿੰਘ।